ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੁਨੀਆਦਾਰੀ ਦੇ ਅੰਦਰ ਵਿਚਰਦਿਆਂ ਇੱਕ ਗੱਲ ਸਾਹਮਣੇ ਆਈ ਵੀ ਸ਼ਾਦੀਆਂ, ਵਿਆਹ, ਆਨੰਦ ਕਾਰਜ ਟੁੱਟ ਬੜੇ ਰਹੇ ਨੇ। ਉਹ ਪਰੇ ਪੰਚਾਇਤ ਵਿੱਚ ਆਣ ਕੇ ਟੁੱਟ ਜਾਣ, ਉਹ ਕੋਰਟ ਕਚਹਿਰੀ ਵਿੱਚ ਜਾ ਕੇ ਟੁੱਟ ਜਾਣ, ਪਰ ਬਹੁਤਾ ਰਿਸ਼ਤੇ ਅੱਜ ਟੁੱਟਦੇ ਨਜ਼ਰ ਪੈ ਰਹੇ ਨੇ। ਇਹਦਾ ਕਾਰਨ ਕੀ ਹੈ? ਅੱਜ ਦੀਆਂ ਸ਼ਾਦੀਆਂ, ਅੱਜ ਦੇ ਵਿਆਹ ਜ਼ਿਆਦਾਤਰ ਐਗਰੀਮੈਂਟ ਬਣ ਕੇ ਰਹਿ ਗਏ ਨੇ। ਹੋਣਾ ਕੀ ਸੀ? ਇੱਕ ਦੂਜੇ ਨੂੰ ਅੰਡਰਸਟੈਂਡ ਕਰਨਾ ਸੀ, ਇੱਕ ਦੂਜੇ ਨੂੰ ਸਮਝਣਾ ਸੀ, ਇੱਕ ਦੂਜੇ ਨੂੰ ਸਮਝ ਕੇ ਆਪਣੀ ਲਾਈਫ ਸਪੈਂਡ ਕਰਨੀ ਸੀ, ਪਰ ਹੋ ਕੀ ਰਿਹਾ ਹੈ? ਇੱਕ ਦੂਜੇ ਦੇ ਉੱਤੇ ਪ੍ਰਭਾਵ ਪਾ ਕੇ ਆਪਣਾ ਪ੍ਰਭਾਵ ਬਣਾਉਣ ਦੀ ਕੋਸ਼ਿਸ਼ ਦੇ ਅੰਦਰ ਆਪਣੇ ਘਰ ਨੂੰ ਬਰਬਾਦ ਕਰੀ ਜਾ ਰਹੇ ਨੇ ਲੋਕ। ਕੁੜੀ ਚਾਹੁੰਦੀ ਮੇਰਾ ਪ੍ਰਭਾਵ ਬਣ ਜਾਏ, ਮੁੰਡਾ ਚਾਹੁੰਦਾ ਮੇਰਾ ਪ੍ਰਭਾਵ ਬਣ ਜਾਏ। ਬਣਦਾ ਦੋਵਾਂ ਦਾ ਨਹੀਂ, ਪਤਾ ਉਦੋਂ ਹੀ ਲੱਗਦਾ ਜਦੋਂ ਰਿਸ਼ਤੇ ਤਿੱਤਰ ਬਿੱਤਰ ਹੋ ਜਾਂਦੇ ਨੇ। ਖੈਰ, ਪ੍ਰਭਾਵ ਬਣਾਉਣ ਦੀ ਜਗ੍ਹਾ 'ਤੇ ਇੱਕ ਦੂਜੇ ਨੂੰ ਅੰਡਰਸਟੈਂਡ ਕਰੋ, ਇੱਕ ਦੂਜੇ ਦੀ ਨੂੰ ਸਮਝੋ, ਉਹਦੀਆਂ ਆਦਤਾਂ ਨੂੰ ਸਮਝੋ, ਉਹਦੀਆਂ ਭਾਵਨਾਵਾਂ ਦੀ ਕਦਰ ਕਰੋ, ਇੱਕ ਦੂਜੇ ਦੇ ਨਾਲ ਸਹਿਮਤ ਹੋ ਕੇ ਚੱਲਣ ਦੀ ਆਪਣੇ ਆਪ ਨੂੰ ਆਦਤ ਪਾਓ। ਕੱਲ੍ਹ ਤੱਕ ਤੁਸੀਂ ਇਕੱਲੇ ਸੀ, ਕੁੜੀ ਹੋਵੇ ਇਕੱਲੀ ਸੀ, ਮੁੰਡਾ ਹੋਵੇ ਇਕੱਲਾ ਹੈ। ਅੱਜ ਤੁਸੀਂ ਇਕੱਲੇ ਨਹੀਂ ਹੋ, ਅੱਜ ਦੋ। ਅੱਜ ਤੁਸੀਂ ਆਪਣੇ ਆਪ ਨੂੰ ਵੀ ਸਮਝਣਾ ਹੈ, ਆਪਣੇ ਸਾਥੀ ਨੂੰ ਵੀ ਸਮਝਣਾ ਹੈ, ਚਾਹੇ ਉਹ ਕੁੜੀ ਹੈ ਚਾਹੇ ਉਹ ਮੁੰਡਾ ਹੈ। ਫਾਰਮੈਲਟੀਆਂ ਘੱਟ ਕਰੋ ਅਤੇ ਸਮਝਦਾਰੀ ਤੋਂ ਜ਼ਿਆਦਾ ਕੰਮ ਲਓ। ਬਣ ਕੇ ਕੀ ਰਹਿ ਗਿਆ? ਫਾਰਮੈਲਟੀਆਂ, ਫਾਰਮੈਲਟੀ ਦਾ ਆਈ ਲਵ ਯੂ, ਫਾਰਮੈਲਟੀ ਦਾ ਹਾਸਾ, ਫਾਰਮੈਲਟੀ ਦਾ ਬਹਿਣਾ, ਫਾਰਮੈਲਟੀ ਦਾ ਉੱਠਣਾ, ਇਹ ਜਿਹੜੀ ਫਰਜ਼ਤ ਹੈਗੀ ਹੈ ਨਾ, ਇਹ ਤੁਹਾਡੇ ਰਿਸ਼ਤਿਆਂ ਦੇ ਅੰਦਰ ਪੁਖਤਗੀ ਪੈਦਾ ਨਹੀਂ ਕਰਦੀ, ਇਹ ਤੁਹਾਡੇ ਰਿਸ਼ਤਿਆਂ ਨੂੰ ਪੱਕਿਆਂ ਨਹੀਂ ਕਰਦੀ। ਸਗੋਂ ਰਿਸ਼ਤੇ ਐਗਰੀਮੈਂਟਡ ਜੇ ਬਣ ਕੇ ਰਹਿ ਜਾਂਦੇ ਨੇ, ਫਾਰਮੈਲਟੀ ਬਣ ਕੇ ਰਹਿ ਜਾਂਦੀ, ਫਰਜ਼ੀ ਫਰਜ਼ ਬਣ ਕੇ ਰਹਿ ਜਾਂਦਾ। ਖੈਰ, ਦਰਅਸਲ ਕਹਾਣੀ ਇੱਥੇ ਆਣ ਕੇ ਰੁਕ ਗਈ ਹੈ ਵੀ ਬੱਚੇ ਸੋਚਦੇ ਨੇ ਵੀ ਆਪ ਕਮਾਈਏ, ਆਪ ਹੀ ਖਾਈਏ, ਆਪਣੇ ਸ਼ੌਂਕ ਪੂਰੇ ਕਰੀਏ, ਵੱਡਿਆਂ ਦਾ ਸੰਬੰਧ ਸਾਡੇ ਨਾਲੋਂ ਦੂਰ ਹੋ ਜਾਏ। ਅਤੇ ਉਹਦੇ ਨਤੀਜੇ ਕੀ ਨਿਕਲ ਰਹੇ ਨੇ? ਜਿੰਨਾ ਜਿੰਨਾ ਤੁਸੀਂ ਵੱਡਿਆਂ ਤੋਂ ਦੂਰ ਜਾ ਰਹੇ ਹੋ, ਉਨੀਆਂ ਸ਼ਾਦੀਆਂ ਟੁੱਟਦੀਆਂ ਨਜ਼ਰ ਆ ਰਹੀਆਂ ਨੇ। ਅਤੇ ਜਦੋਂ ਸ਼ਾਦੀ ਟੁੱਟਦੀ ਹੈ, ਉਦੋਂ ਸਭ ਤੋਂ ਵੱਡਾ ਦੁੱਖ ਕਿਹਨੂੰ ਮਿਲਦਾ ਹੈ? ਦੋਵਾਂ ਨੂੰ, ਜਾਂ ਕੁੜੀ ਨੂੰ, ਜਾਂ ਮੁੰਡੇ ਨੂੰ, ਜਾਂ ਲੜਕੇ ਨੂੰ, ਜਾਂ ਲੜਕੀ ਨੂੰ, ਕਿਉਂਕਿ ਜ਼ਿੰਦਗੀ ਤਾਂ ਉਹਨਾਂ ਦੀ ਬਰਬਾਦ ਹੋਈ ਨਾ। ਖੈਰ, ਉਹਨਾਂ ਨੇ ਕੋਈ ਕੰਮ ਕਰਨਾ ਸੀ, ਉੱਧਰ ਮਨ ਨਹੀਂ ਲੱਗ ਰਿਹਾ, ਜੋਬ ਕਰਨੀ ਸੀ, ਉੱਧਰ ਮਨ ਨਹੀਂ ਲੱਗ ਰਿਹਾ, ਤਰੱਕੀ ਕਰਨੀ ਸੀ, ਉੱਧਰ ਮਨ ਨਹੀਂ ਲੱਗ ਰਿਹਾ। ਖੈਰ, ਇਹਦੇ ਕਾਰਨ ਕੀ ਨੇ? ਰਿਸ਼ਤੇ ਨਾਤੇ ਟੁੱਟਣ ਦੇ ਨੰਬਰ ਇੱਕ ਦੇ ਉੱਤੇ ਵੀ ਵੱਡਿਆਂ ਤੋਂ ਦੂਰ ਹੋ ਕੇ ਰਹਿਣ ਦਾ ਜਿਹੜਾ ਬੱਚੇ ਫੈਸਲਾ ਲੈ ਲੈਂਦੇ ਨੇ, ਇਹ ਨੰਬਰ ਦੋ। ਜਦੋਂ ਅਸੀਂ ਇੱਕ ਦੂਜੇ ਦੇ ਕੋਲ ਬਹਿ ਕੇ, ਪਤੀ ਪਤਨੀ ਆਪਸ ਦੇ ਅੰਦਰ ਬਹਿੰਦੇ ਨੇ, ਇੱਕ ਦੂਜੇ ਦੇ ਕੋਲ ਬਹਿ ਕੇ ਨਾ ਇੱਕ ਦੂਜੇ ਦੇ ਰਿਸ਼ਤੇਦਾਰਾਂ ਦੀ ਬਦਨਾਮੀ ਕਰਨੀ ਸ਼ੁਰੂ ਕਰ ਦਿੰਦੇ ਨੇ। ਹਾਸੇ ਮਜ਼ਾਕ ਦੀ ਗੱਲ ਹੁੰਦੀ ਹੈ ਹੋਰ, ਪਰ ਕਦੇ ਕਦੇ ਕੁੜੀ ਮੁੰਡੇ ਦੇ ਮਾਂ ਦੀ, ਪਿਓ ਦੀ, ਭਾਈਆਂ ਦੀ, ਭੈਣਾਂ ਦੀ, ਦੂਜੇ ਦੀ, ਤੀਜੇ ਦੀ, ਸਾਰਿਆਂ ਦੀ ਲੜੀ ਬਣਾ ਕੇ ਨਾ ਬਦਨਾਮੀ ਕਰਨੀ ਸ਼ੁਰੂ ਕਰ ਦਿੰਦੀ ਅਤੇ ਮੁੰਡੇ ਦੇ ਮਨ ਦੇ ਅੰਦਰ ਨਫ਼ਰਤ ਪਲਣੀ ਸ਼ੁਰੂ ਹੋ ਜਾਂਦੀ। ਅਤੇ ਕਦੇ ਕਦੇ ਮੁੰਡਾ ਇੱਦਾਂ ਕਰਦਾ ਵੀ ਉਹ ਕੁੜੀ ਦੇ ਰਿਸ਼ਤੇ ਨਾਤੇ, ਮਾਂ ਪਿਓ, ਦੂਜੇ ਤੀਜੇ ਦੀ ਬਦਨਾਮੀ ਕਰਨੀ ਸ਼ੁਰੂ ਕਰ ਦਿੰਦਾ ਹੈ। ਜਦੋਂ ਗੱਲ ਕਰਨੀ, ਤੇਰੀ ਮਾਂ ਇਸ ਤਰ੍ਹਾਂ, ਤੇਰਾ ਪਿਓ ਇਸ ਤਰ੍ਹਾਂ, ਤੇਰਾ ਭਰਾ ਇਸ ਤਰ੍ਹਾਂ, ਕੁੜੀ ਦੇ ਮਨ ਦੇ ਅੰਦਰ ਨਫ਼ਰਤ ਬਣਨੀ ਸ਼ੁਰੂ ਹੋ ਜਾਂਦੀ। ਉਹ ਨਫ਼ਰਤ ਦੀ ਚਿੰਗਾਰੀ ਜਿਹੜੀ ਨਿੱਕੀ ਜੇ ਅੱਜ ਤੁਸੀਂ ਇੱਕ ਦੂਜੇ ਦੇ ਅੰਦਰ ਬਾਲ ਦਿੱਤੀ, ਉਹ ਨਫ਼ਰਤ ਦੀ ਚਿੰਗਾਰੀ ਬਲਦੀ ਬਲਦੀ ਪ੍ਰਗਾੜ ਰੂਪ ਇੱਕ ਦਿਨ ਧਾਰਨ ਕਰ ਹੀ ਲਏਗੀ। ਅੱਗ ਦੱਬੀ ਹੋਵੇ ਨਾ, ਲੱਕੜਾਂ ਦੇ 100 ਮਣ, 100 ਕੁਇੰਟਲ ਢੇਰ ਦੇ ਥੱਲੇ ਨਿੱਕੀ ਜਿਹੀ ਚਿੰਗਾਰੀ ਦੱਬੀ ਹੋਵੇ ਨਾ, ਉਹ 100
ਕੁਆਂਟਲ ਢੇਰ ਨੂੰ ਵੀ ਰਾਖ ਕਰ ਦਿੰਦੀ ਹੈ। ਇਹ ਰਾਖ ਨਹੀਂ ਸੀ ਬਣਨੀ ਚਾਹੀਦੀ, ਇਹ ਚਿੰਗਾਰੀ ਨਹੀਂ ਸੀ ਬਣਨੀ ਚਾਹੀਦੀ। ਖੈਰ ਇਸ ਤੋਂ ਅੱਗੇ ਚੱਲਣਾ ਹੈ। ਹੁਣ ਘਰ ਇੱਕ ਹੈ ਅਤੇ ਘਰ ਦੇ ਅੰਦਰ ਤੁਸੀਂ ਦੋ ਪਤੀ ਪਤਨੀ ਰਹਿ ਰਹੇ ਹੋ, ਮਾਂ ਬਾਪ ਦਿਓਰ ਜੇਠ ਸੱਸ ਸਹੁਰਾ ਸਾਰੇ ਰਹਿ ਰਹੇ ਨੇ, ਤੁਹਾਡੇ ਘਰ ਦੇ ਅੰਦਰ ਵੀ ਰੋਕ ਟੋਕ ਹੁੰਦੀ ਸੀ, ਇਸ ਘਰ ਦੇ ਅੰਦਰ ਵੀ ਰੋਕ ਟੋਕ ਹੁੰਦੀ। ਜੇ ਮੁੰਡੇ ਨੂੰ ਉਹਦੇ ਮਾਂ ਪਿਓ ਭੈਣ ਭਾਈ ਨੇ ਰੋਕਿਆ ਅਤੇ ਘਰ ਵਾਲੀ ਨੇ ਕਹਿਣਾ ਹੈ ਤੈਨੂੰ ਹੀ ਕਾ ਤੂੰ ਰੋਕਦਾ, ਮੁੰਡੇ ਨੂੰ ਫੀਲ ਹੋਣਾ ਹੈ ਵੀ ਮੇਰੀ ਬੇਇੱਜ਼ਤੀ ਹੁੰਦੀ, ਮੁੰਡਾ ਮਾਂ ਪਿਓ ਸਾਹਮਣੇ ਬੋਲੇਗਾ ਕਲੇਸ਼ ਬਣੇਗਾ। ਅੱਛਾ ਜੇ ਕੁੜੀ ਨੂੰ ਰੋਕਿਆ ਤਾਂ ਕੁੜੀ ਸਮਝਦੀ ਵੀ ਮੈਂ ਦੁਨੀਆ ਦੀ ਸਭ ਤੋਂ ਉੱਤਮ ਦਰਜੇ ਦੀ ਸਿਆਣੀ ਕੁੜੀ ਇਹਨਾਂ ਦੇ ਘਰ ਆਈ ਹਾਂ ਅਤੇ ਮੈਨੂੰ ਰੋਕ ਰਹੇ ਨੇ, ਮੈਨੂੰ ਸਮਝਾ ਰਹੇ ਨੇ। ਉਹ ਰੋਕ ਟੋਕ ਇਹਨਾਂ ਜਿਹੜੀ ਥੋੜ੍ਹੀ ਹੱਕ ਦੀ ਇੱਕ ਲਿਮਿਟ ਦੀ ਰੋਕ ਟੋਕ ਕੇ ਉਹਨੂੰ ਬਰਦਾਸ਼ਤ ਕਰਨ ਦੀ ਜਾਚ ਸਿੱਖ ਲਓ। ਬਰਦਾਸ਼ਤ ਨਾ ਕਰਨ ਕਰਕੇ ਵੀ ਰਿਸ਼ਤੇ ਟੁੱਟਦੇ ਨੇ। ਦੂਜਾ, ਮੁੰਡੇ ਨੂੰ ਚਾਹੀਦਾ ਹੈ ਵੀ ਉਹ ਘਰ ਵਾਲੀ ਦਾ ਨਾਲ ਵੀ ਸਾਂਝ ਰੱਖੇ ਅਤੇ ਮਾਂ ਬਾਪ ਦੇ ਨਾਲ ਵੀ ਸਾਂਝ ਰੱਖੇ। ਜਦੋਂ ਇੱਕ ਤਰਫਾ ਉੱਲਰ ਜਾਂਦਾ ਹੈ ਜਾਂ ਮਾਂ ਵੱਲ ਤਾਂ ਰਿਸ਼ਤੇ ਟੁੱਟਦੇ ਨੇ, ਜਾਂ ਉਹ ਘਰ ਵਾਲੀ ਵੱਲ ਤਾਂ ਵੀ ਰਿਸ਼ਤੇ ਟੁੱਟਦੇ ਨੇ। ਅਗਰ ਉਹ ਮਾਂ ਪਿਓ ਦਾ ਬਣੇਗਾ ਅਤੇ ਘਰ ਵਾਲੀ ਦੀ ਨਹੀਂ ਸੁਣੇਗਾ, ਅਗਰ ਘਰ ਵਾਲੀ ਦੀ ਗੱਲ ਨੂੰ 100% ਸੱਚ ਮੰਨ ਲਿਆ ਅਤੇ ਉਹਨੂੰ ਇਹ ਨਹੀਂ ਪਤਾ ਲੱਗਾ ਬੇਵਕੂਫ ਨੂੰ ਵੀ 25 ਸਾਲ ਹੋ ਗਏ ਮੈਂ ਆਪਣੇ ਮਾਂ ਪਿਓ ਦੇ ਸੁਭਾਅ ਬਾਰੇ ਨਹੀਂ ਜਾਣਦਾ, ਅੱਜ ਘਰ ਵਾਲੀ 2 ਸਾਲਾਂ 'ਚ ਆ ਕੇ ਮੈਨੂੰ ਸਮਝਾਉਣ ਲੱਗ ਪਈ ਵੀ ਤੇਰੀ ਮਾਂ ਦਾ ਸੁਭਾਅ ਪਿਓ ਦਾ ਸੁਭਾਅ ਮੈਨੂੰ ਨਹੀਂ ਪਤਾ, ਉਦੋਂ ਵੀ ਰਿਸ਼ਤੇ ਟੁੱਟਦੇ ਨੇ। ਖੈਰ ਇੱਕ ਹੋਰ ਗੱਲ ਕਹਿੰਦੇ ਆ, ਆਪਸਦਾਰੀ ਦੇ ਅੰਦਰ ਜਦੋਂ ਪਤਨੀ ਗੱਲ ਕਰਦੀ ਹੈ ਨਾ ਅਤੇ ਪਤੀ ਦਾ ਫਰਜ਼ ਬਣਦਾ ਹੈ ਬੇਸ਼ੱਕ ਉਹਦੇ ਨਾਲ ਸਹਿਮਤ ਨਾ ਹੋਵੇ, ਪਰ ਕਦੇ ਕਦੇ ਹਰ ਰੋਜ਼ ਨਹੀਂ ਸਹਿਮਤ ਨਾ ਹੋਵੇ, ਫਿਰ ਵੀ ਹਾਂ ਮਿਲਾ ਦੇਵੇ, ਝੂਠੀ ਮਿਲਾਵੇ ਜਾਂ ਸੱਚੀ ਮਿਲਾਵੇ, ਅਤੇ ਪਤਨੀ ਵੀ ਬੇਸ਼ੱਕ ਪਤੀ ਦੀ ਗੱਲ ਦੇ ਨਾਲ ਸਹਿਮਤ ਨਾ ਹੋਵੇ, ਝੂਠੀ ਜਾਂ ਸੱਚੀ ਹਾਂ ਦੇ ਨਾਲ ਹਾਂ ਮਿਲਾ ਦੇਵੇ, ਇਹਦੇ ਨਾਲ ਵੀ ਨਾ ਤਕਰਾਰ ਘਟਦਾ ਹੈ। ਪਰ ਜੇ ਰੋਜ਼ ਰੋਜ਼ ਦਾ ਸੁਭਾਅ ਬਣ ਜਾਏ ਤਾਂ ਫਿਰ ਉਹਨੂੰ ਨੋਰਮਲ ਸਿਚੁਏਸ਼ਨ ਦੇ ਅੰਦਰ, ਹਾਲਾਤ ਦੇ ਅੰਦਰ ਸਮਝਾ ਦਈਏ ਵੀ ਨਹੀਂ ਇੱਦਾਂ ਦੀਆਂ ਗੱਲਾਂ ਨਹੀਂ ਹੈ, ਤੇਰਾ ਸੁਭਾਅ ਬਣ ਗਿਆ ਇੱਦਾਂ ਦੀ ਗੱਲ ਕਰਨਾ। ਖੈਰ ਇੱਕ ਗੱਲ ਨੂੰ ਹੋਰ ਨੋਟ ਕਰਿਓ ਵੀ ਜਿਹੜਾ 1 ਮਿੰਟ ਦਾ ਕ੍ਰੋਧ ਹੈ, ਗੁੱਸਾ ਹੈ ਨਾ ਜਿਹੜਾ, ਉਹ ਬੜਾ ਰਿਸ਼ਤਿਆਂ ਨੂੰ ਤੋੜਦਾ ਹੈ। ਜੇ ਪਤੀ ਮੰਨ ਲਓ ਜੋਬ ਕਰਕੇ ਆਇਆ, ਬਿਜ਼ਨਸ ਤੋਂ ਆਇਆ, ਦੁਕਾਨਦਾਰੀ ਕਰਕੇ ਆਇਆ, ਖੇਤੀਬਾੜੀ ਤੋਂ ਆਇਆ, ਕਿਧਰੇ ਬਾਹਰੋਂ ਦਾ ਥੋੜ੍ਹਾ ਬਹੁਤਾ ਨੌਕਰਾਂ ਦੇ ਨਾਲ ਫਰੈਂਡਾਂ ਦੇ ਨਾਲ ਲੈਣਾ ਦੇਣਾ, ਛੋਟਾ ਮੋਟਾ ਬੋਲ ਬਲਾਵ ਹੋਇਆ, ਉਹਦਾ ਮੂਡ ਖਰਾਬ ਹੀ ਹੋਇਆ ਘਰ, ਆਉਂਦਿਆਂ ਘਰ ਵਾਲੀ ਦਾ ਵੀ ਅੱਗੋਂ ਮੂਡ ਖਰਾਬ ਹੈ। ਹੁਣ ਪਤੀ ਨੇ ਥੋੜ੍ਹਾ ਜਿਹਾ ਕ੍ਰੋਧ ਵਿੱਚ ਕਿਹਾ ਪਾਣੀ ਲਿਆ, ਮੈਂ ਨਹੀਂ ਪੀਣਾ, ਰੋਟੀ ਲੂਣ ਘੱਟ, ਮਿਰਚ ਜ਼ਿਆਦਾ, ਇੱਦਾਂ ਦੀ 100 ਗੱਲ। ਹੁਣ ਉਹ ਚਾਹੁੰਦਾ ਸੀ ਵੀ ਮੈਨੂੰ ਘਰੋਂ ਹਮਦਰਦੀ ਮਿਲੇ, ਪਰ ਘਰੋਂ ਹਮਦਰਦੀ ਮਿਲਣ ਦੀ ਬਜਾਏ ਘਰ ਵਾਲੀ ਵੀ ਅੱਗੋਂ ਉਖੜੀ ਘਵਾੜੀ ਵਾਂਗੂ ਪੈ ਗਈ, ਘਰ ਵਾਲੀ ਵੀ ਇਸ ਤਰ੍ਹਾਂ ਹੀ ਅੱਗੋਂ ਪੈ ਗਈ, ਅਤੇ ਫਿਰ ਉਹ ਬੰਦਾ ਜਾਏਗਾ ਅਤੇ ਜਾਏਗਾ ਕਿੱਥੇ। ਜਦੋਂ ਘਰ ਵਾਲਾ ਕ੍ਰੋਧ ਵਿੱਚ ਹੋਵੇ ਅਤੇ ਘਰ ਵਾਲੀ ਦਾ ਫਰਜ਼ ਬਣ ਜਾਂਦਾ ਹੈ, ਉਸ 1 ਮਿੰਟ ਨੂੰ ਬਰਦਾਸ਼ਤ ਕਰ ਲਵੇ, ਰਿਸ਼ਤਾ ਟੁੱਟਣ ਤੋਂ ਬਚ ਜਾਏਗਾ। ਠੀਕ ਦੂਜੇ ਪਾਸੇ, ਘਰ ਵਾਲੀ ਵੀ ਤਾਂ ਕੋਈ ਬ੍ਰਹਮ ਗਿਆਨੀ ਨਹੀਂ ਹੈ ਨਾ, ਘਰ ਵਾਲੀ ਵੀ ਤਾਂ ਕੋਈ ਰੱਬ ਦੇ ਨਾਲ ਭੇਦ ਨਹੀਂ ਹੈ ਨਾ, ਜੇ ਬੰਦੇ ਨੂੰ ਗੁੱਸਾ ਆ ਸਕਦਾ ਹੈ ਤਾਂ ਘਰ ਵਾਲੀ ਨੂੰ ਵੀ ਤਾਂ ਗੁੱਸਾ ਆ ਸਕਦਾ। ਹੋ ਸਕਦਾ ਹੈ ਅੱਜ ਉਹਦਾ ਕਿਸੇ ਕਾਰਨ ਕਰਕੇ ਮੂਡ ਔਫ ਹੋਵੇ, ਮੂਡ ਖਰਾਬ ਹੋਵੇ, ਉਹ ਕਲੇਸ਼ ਵਿੱਚ ਹੋਵੇ, ਉਹਦਾ ਥੋੜ੍ਹਾ ਜਿਹਾ ਗੁੱਸਾ ਬੰਦੇ ਨੂੰ ਵੀ ਬਰਦਾਸ਼ਤ ਕਰਨਾ ਚਾਹੀਦਾ। ਜੇ ਘਰ ਵਾਲੀ ਕ੍ਰੋਧ ਵਿੱਚ ਹੈ, ਉਹ ਗੁੱਸੇ ਵਿੱਚ ਬੋਲ ਪਈ, ਤਾਂ ਫਿਰ ਘਰ ਵਾਲੇ ਨੂੰ ਚਾਹੀਦਾ ਹੈ ਵੀ ਉਹ ਨੋਟ ਕਰ ਲਵੇ ਵੀ ਇਹਦਾ ਮੂਡ ਆਮ ਨਹੀਂ ਹੈ, ਖਰਾਬ ਹੈ, 1 ਮਿੰਟ ਦੀ ਗੱਲ ਹੈ। 1 ਮਿੰਟ ਦੇ ਅੰਦਰ ਅਗਰ ਤੁਸੀਂ ਬਰਦਾਸ਼ਤ ਕਰ ਲਓਗੇ, ਤੁਹਾਡਾ ਕੁਛ ਘਟਣ ਨਹੀਂ ਲੱਗਾ, ਵਿਗੜਨ ਨਹੀਂ ਲੱਗਾ, ਪਰ ਤੁਹਾਡੇ ਰਿਸ਼ਤੇ ਬਣੇ ਰਹਿਣਗੇ, ਘਰ ਬਣਿਆ ਰਹੇਗਾ, ਟੁੱਟੇਗਾ ਨਹੀਂ। ਪਰ ਜਦੋਂ ਅਸੀਂ ਚਾਹੁੰਦੇ ਹਾਂ ਵੀ ਇੱਧਰ ਵੀ ਗੁੱਸਾ ਅਤੇ ਇੱਧਰ ਵੀ ਗੁੱਸਾ, ਅਤੇ ਦੋਵਾਂ ਵੱਲੋਂ ਫਾਇਰਿੰਗ ਸ਼ੁਰੂ ਹੋਈ ਬੋਲਾਂ ਦੀ,
ਤੇ ਫਿਰ ਤੇ ਕਲੇਸ਼ ਵਧੇਗਾ ਹੀ ਵਧੇਗਾ। ਇਹ ਬਾਰਡਰ ਨਹੀਂ ਹੈ, ਇਹ ਜੰਗ ਦਾ ਅਖਾੜਾ ਨਹੀਂ ਹੈ, ਇਹ ਘਰ ਹੈ। ਖੈਰ ਅੱਛਾ, ਜਦੋਂ ਦੋਵਾਂ ਦੇ ਅੰਦਰੋਂ ਜਿਹੜਾ ਗੁੱਸੇ ਸੀ ਉਹ ਸ਼ਾਂਤ ਹੋਇਆ ਤੇ ਫਿਰ ਦੂਜਾ ਜਣਾ ਮੌਕਾ ਵੇਖ ਕੇ ਕਹਿ ਸਕਦਾ ਹੈ, ਪੁੱਛ ਸਕਦਾ ਹੈ ਵੀ ਅੱਜ ਤੂੰ ਗੁੱਸੇ ਬੜਾ ਸੀ ਜਾਂ ਤੂੰ ਗੁੱਸੇ ਬੜੀ ਸੀ, ਕਾਰਨ ਕੀ ਹੈ? ਤੇ ਉਹ ਵੀ ਤੁਹਾਨੂੰ ਦੱਸ ਦੇਗੀ ਤੇ ਗੱਲ ਵੀ ਬਣੀ ਦੀ ਬਣੀ ਰਹਿ ਜਾਏਗੀ, ਟੁੱਟੇਗੀ ਨਹੀਂ। ਇੱਕ ਪਾਸੇ ਅੱਗ ਹੋਵੇ, ਦੂਜੇ ਪਾਸੇ ਪਾਣੀ ਹੋਵੇ, ਮਸਲਾ ਵਿਗੜਦਾ ਨਹੀਂ। ਤੇ ਜੇ ਦੋਵੇਂ ਪਾਸੇ ਅੱਗ ਹੋਵੇ ਤੇ ਮਸਲਾ ਵਿਗੜੇਗਾ ਨਾ, ਘਰ ਸੜੇਗਾ ਨਾ ਉਹਦੇ ਅੰਦਰ। ਖੈਰ ਜਨਾਨੀਆਂ ਦਾ ਇੱਕ ਬਹੁਤ ਵੱਡਾ ਔਗਣ ਹੈ, ਉਹ ਹੈ ਈਰਖਾ। ਈਰਖਾ ਦੇ ਅੰਦਰ, ਕੰਪੈਰੀਜ਼ਨ ਦੇ ਅੰਦਰ ਇਹ ਆਪਣੇ ਘਰ ਨੂੰ ਬਰਬਾਦ ਕਰ ਲੈਂਦੀਆਂ ਨੇ। ਇਹ ਔਰਤਾਂ ਨੂੰ ਗੁਰੇਜ਼ ਕਰਨਾ ਚਾਹੀਦਾ। ਖੈਰ ਇਸ ਤੋਂ ਅੱਗੇ ਚਲੀਏ। ਮੈਂ ਕਈ ਵਾਰੀ ਸੋਚਣਾ ਵੀ ਜਿਹੜੀਆਂ ਸਾਡੀਆਂ ਮਾਵਾਂ, ਦਾਦੀਆਂ, ਪੜਦਾਦੀਆਂ, ਨਾਨੀਆਂ, ਪੜਨਾਨੀਆਂ ਸਨ ਨਾ, ਉਹ ਭਾਵੇਂ ਘੱਟ ਪੜ੍ਹੀਆਂ ਲਿਖੀਆਂ ਸਨ, ਪਰ ਇੱਕ ਦੂਜੇ ਨੂੰ ਸਮਝਣ ਦੇ ਅੰਦਰ, ਅੰਡਰਸਟੈਂਡ ਕਰਨ ਦੇ ਵਿੱਚ ਉਹ ਸਾਡੇ ਨਾਲੋਂ ਹਜ਼ਾਰ ਗੁਣਾ ਅੱਗੇ ਸਨ। ਉਹਨਾਂ ਦੇ ਰਿਸ਼ਤੇ ਟੁੱਟਦੇ ਨਹੀਂ ਸਨ। ਮਾਂ ਗੁੱਸਾ ਸਹਿਣ ਕਰ ਲੈਂਦੀ ਸੀ, ਪਿਓ ਵੀ ਸਹਿਣ ਕਰ ਲੈਂਦਾ ਸੀ, ਦਾਦੀ ਪੜਦਾਦੀ ਵੀ ਗੁੱਸਾ ਬਰਦਾਸ਼ਤ ਕਰਦੇ ਸੀ ਅਤੇ ਦਾਦਾ ਪੜਦਾਦਾ ਵੀ ਗੁੱਸਾ ਬਰਦਾਸ਼ਤ ਕਰਦਾ ਸੀ। ਘਰ ਦਾ ਮਾਹੌਲ ਸੀ, ਘਰ ਦੇ ਅੰਦਰ ਰਹਿ ਕੇ ਨਜਿੱਠ ਲੈਂਦੇ ਸਨ। ਅੱਜ ਦੇ ਪੜ੍ਹੇ ਲਿਖੇ ਬੇਵਕੂਫਾਂ ਨਾਲੋਂ ਉਹ ਅਨਪੜ੍ਹ ਲੋਕ ਚੰਗੇ ਸਨ, ਜਿਹੜੇ ਘਰ ਨੂੰ ਆਬਾਦ ਰੱਖਦੇ ਸਨ, ਵਸਾਈ ਰੱਖਦੇ ਸਨ। ਅੱਜ ਦੇ ਪੜ੍ਹੇ ਲਿਖੇ ਬੇਵਕੂਫਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਅਤੇ ਘਰ ਪਾਟਦੇ ਹੋਏ, ਟੁੱਟਦੇ ਹੋਏ ਨਜ਼ਰ ਪੈ ਰਹੇ ਨੇ। ਤੁਹਾਡਾ ਘਰ ਹੈ, ਬਚਾਉਣਾ ਤੁਸੀਂ ਹੈ। ਮੇਰੀਆਂ ਗੱਲਾਂ ਕਈਆਂ ਨੂੰ ਇੱਕ ਤਰਫਾ ਲੱਗਣਗੀਆਂ, ਕਈਆਂ ਨੂੰ ਇੱਦਾਂ ਲੱਗੇਗਾ, ਕਿਉਂਕਿ ਹਰ ਘਰ ਦਾ ਮਾਹੌਲ ਆਪਣਾ ਹੈ। ਮੈਂ ਠੀਕ ਹਾਂ, ਹੋ ਸਕਦਾ ਕੋਈ ਮੈਸੇਜ ਵੀ ਕਰੇ ਜੇ ਆਹ ਹੋਵੇ ਤਾਂ ਕਿੱਦਾਂ ਕਰੀਏ, ਆਹ ਹੋਵੇ ਤਾਂ ਕਿੱਦਾਂ ਕਰੀਏ। ਮੇਰੀ ਹੱਥ ਜੋੜ ਕੇ ਉਹਨਾਂ ਬੱਚਿਆਂ ਨੂੰ ਰਿਕੁਐਸਟ ਹੈ, ਭੈਣਾਂ ਵੀਰਾਂ ਨੂੰ ਰਿਕੁਐਸਟ ਹੈ, ਤੁਹਾਡਾ ਘਰ ਹੈ, ਤੁਹਾਡੇ ਘਰ ਦਾ ਮਾਹੌਲ ਨੋਟ ਕਰੋ, ਇੱਕ ਦੂਜੇ ਨੂੰ ਸਮਝੋ, ਇੱਕ ਦੂਜੇ ਨੂੰ ਸਮਝਾਓ, ਆਪਣੇ ਘਰ ਨੂੰ ਵਿਗਾੜੋ ਨਾ। ਵਿਗੜਨਾ ਤੁਹਾਡਾ ਹੈ, ਦੁੱਖ ਤੁਹਾਨੂੰ ਮਿਲਣਾ ਹੈ, ਮਜ਼ਾਕ ਲੋਕਾਂ ਦਾ ਬਣ ਜਾਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।